ਟਾਈਮ ਹੋ ਗਿਆ ਤੇ ਮੈਂ ਚੱਲਿਆ ਘਰ ਨੂੰ ਇੱਕ ਵਾਰੀ ਤੇ ਆ ਚੈੱਕ ਕਰ ਲਓ ਜੀ ਸੂਰਜਮੁਖੀ ਆ ਸ਼ਾਮ ਦਾ ਟਾਈਮ ਮਾਸ਼ਾਅੱਲਾ ਬਹੁਤ ਪਿਆਰਾ ਵਿਊ ਆ ਤੇ ਸੁਬਹ ਯਾਨੀ ਕਿ ਅੱਜ ਦੀ ਵੀਡੀਓ ਦਾ ਆਗਾਜ਼ ਪਿਆਰੇ ਪਿਆਰੇ ਫੁੱਲਾਂ ਨਾਲ ਸੂਰਜਮੁਖੀ ਦੇ ਵਿੱਚ ਮੈਂ ਹੁਣ ਚੱਲਿਆ ਘਰ ਨੂੰ ਕਿਉਂਕਿ ਮੈਂ ਇੱਥੇ ਕਰਦਾ ਮਜ਼ਦੂਰੀ ਸੀਗਾ ਮਤਲਬ ਕਿ ਹੁਣ ਮੈਂ ਛੁੱਟੀ ਹੋਈ ਮੈਨੂੰ ਅਤੇ ਮੈਂ ਚੱਲਿਆ ਘਰ ਨੂੰ ਅਤੇ ਦੇਖੋ ਜੀ ਸੂਰਜਮੁਖੀ ਦਾ ਫੁੱਲ ਕਿੱਡੇ ਕਿੱਡੇ ਪਿਆਰੇ ਮੈਂ ਇੱਕ ਵਾਰੀ ਆਪਣੇ ਦੇਖਣ ਵਾਲੀ ਯੂਟਿਊਬ ਫੈਮਿਲੀ ਨੂੰ ਦਿਖਾਵਾਂ ਆਹ ਚੈੱਕ ਕਰ ਲਓ ਜੀ ਮਾਸ਼ਾਅੱਲਾ ਬਹੁਤ ਪਿਆਰੇ ਫੁੱਲ ਸੂਰਜਮੁਖੀ ਦੇ ਆਹ ਚੈੱਕ ਕਰੋ ਅਤੇ ਸੂਰਜ ਵੀ ਡੁੱਬਣ ਵਾਲਾ ਦੇਖੋ ਸਾਰੇ ਅਤੇ ਬਹੁਤ ਹੀ ਪਿਆਰਾ ਖੇਤ ਲੱਗਣ ਡਿਆ ਸੂਰਜਮੁਖੀ ਦਾ ਚੈੱਕ ਕਰੋ ਬਹੁਤ ਪਿਆਰਾ ਵਿਊ ਹੈ ਸ਼ਾਮ ਦਾ ਚੈੱਕ ਕਰੋ ਮਾਸ਼ਾਅੱਲਾ ਮਾਸ਼ਾਅੱਲਾ ਬਹੁਤ ਪਿਆਰੀ ਫਸਲ ਆ ਸੂਰਜਮੁਖੀ ਦੀ ਅਤੇ ਇਹਦੇ ਵਿੱਚ ਹੁਣ ਯਾਨੀ ਕਿ ਦਾਣੇ ਬਣ ਜਾਣੇ ਸੂਰਜਮੁਖੀ ਦੇ ਅਤੇ ਇਹ ਖੇਤ ਆ ਅਤੇ ਮੈਂ ਚੱਲਿਆ ਘਰ ਨੂੰ ਇੱਕ ਵਾਰੀ ਦੇਖਦਾ ਵੀ ਬੱਚਿਆਂ ਨੂੰ ਸਵੇਰ ਦੇ ਨਿਕਲੇ ਸੀਗੇ ਅਤੇ ਤਕਰੀਬਨ ਵੱਜ ਗਏ ਆ 4:15 ਦਾ ਟਾਈਮ ਅਤੇ ਆਹ ਦੇਖੋ ਜੀ ਮਾਸ਼ਾਅੱਲਾ ਜੀ ਆਹ ਦੇਖੋ ਕਿੱਡਾ ਪਿਆਰਾ ਵੱਡਾ ਵੱਡੇ ਫੁੱਲ ਆ ਆਹ ਚੈੱਕ ਕਰ ਲਓ ਸਵੇਰੇ ਇਹਨਾਂ ਦੇ ਰੁੱਖ ਪਰਾਂ ਨੂੰ ਹੁੰਦੇ ਅਤੇ ਇਸ ਟਾਈਮ ਸੂਰਜ ਉਸ ਪਾਸੇ ਅਤੇ ਇਸ ਟਾਈਮ ਇਸ ਪਾਸੇ ਯਾਨੀ ਕਿ ਸੂਰਜ ਦੇ ਮੁਖਾਲਫ ਬਹੁਤ ਹੀ ਪਿਆਰੀ ਵਿਊ ਹੈ ਇਸ ਟਾਈਮ ਆਹ ਚੈੱਕ ਕਰੋ ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਪਿਆਰੇ ਭੈਣ ਪ੍ਰਭੂ ਕੀ ਹਾਲ ਆ ਤੁਹਾਡਾ ਮੈਂ ਉਮੀਦ ਕਰਦੀ ਕਿ ਸਭ ਅੱਲਾ ਦੇ ਫਜ਼ਲ ਕਰਮ ਨਾਲ ਠੀਕ ਠਾਕ ਹੋਣਗੇ ਅਤੇ ਅੱਲਾ ਪਾਕ ਦੀ ਦਾਤ ਸਭ ਨੂੰ ਖੁਸ਼ ਰੱਖੇ ਆਬਾਦ ਰੱਖੇ ਔਰ ਦੇਵੇ ਢੇਰੋ ਖੁਸ਼ੀਆਂ ਆਮੀਨ ਸੁਮਾਮੀਨ ਅੱਛਾ ਜੀ ਇਸੇ ਪਿਆਰੀ ਸੀ ਦੁਆ ਦੇ ਨਾਲ ਅੱਜ ਦੇ ਵਲੋਗ ਦਾ ਕਰਦੇ ਹਾਂ ਗਾਜ਼ ਵਲੋਗ ਦੇ ਗਾ ਤੋਂ ਪਹਿਲਾਂ ਜਿਹਨਾਂ ਭੈਣਾਂ ਭਰਾਵਾਂ ਨੇ ਹਜੇ ਤਾਈਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਾਇੰਡ ਸਬਸਕ੍ਰਾਈਬ ਕਰ ਲਓ ਨਾਲ ਬੈਲ ਦਾ ਬਟਨ ਵੀ ਪ੍ਰੈਸ ਕਰ ਲਓ ਤਾਂ ਕਿ ਸਾਡੀ ਹਰ ਨਵੀਂ ਤਰ੍ਹਾਂ ਵੀਡੀਓ ਤੁਹਾਡੇ ਤੱਕ ਬਾਰ ਵਕਤ ਪਹੁੰਚ ਸਕੇ ਅੱਛਾ ਜੀ ਅੱਜ ਦਾ ਵਲੋਗ ਇਸ ਤਰ੍ਹਾਂ ਦਾ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਮੇਰੇ ਨੂੰ ਮਜ਼ਦੂਰੀ ਦੇ ਦੇਣ ਅਤੇ ਪੂਰੀ ਕੋਸ਼ਿਸ਼ ਨਾਲ ਪੂਰੀ ਹਿੰਮਤ ਨਾਲ ਪੂਰੇ ਲਗਨ ਨਾਲ ਕੰਮ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਪਤਾ ਕਿ ਸਾਡੇ ਕਾਫੀ ਭੈਣ ਭਰਾ ਸਾਡੇ ਨਵੇਂ ਘਰ ਨੂੰ ਦੇਖ ਕੇ ਮੁੰਤਜ਼ਰ ਨੇ ਕਿ ਕਦੋਂ ਕੰਮ ਸ਼ੁਰੂ ਕਰਦੇ ਆ ਕਦੋਂ ਇਹਨੂੰ ਮੁਕੰਮਲ ਕਰਦੇ ਆ ਕਦੋਂ ਇਹਨੂੰ ਸਟਾਰਟ ਕਰਦੇ ਆ ਯਾਨੀ ਕਿ ਜਿਹੜਾ ਕੰਮ ਰਹਿੰਦਾ ਅਤੇ ਅਸੀਂ ਵੀ ਇਸੇ ਚੀਜ਼ ਨੂੰ ਆਪਣੇ ਦੇਹ 'ਚ ਰੱਖਦੇ ਹੋਏ ਮੁਕੰਮਲ ਕੋਸ਼ਿਸ਼ ਦੇ ਵਿੱਚ ਹਾਂ ਕਿ ਅੱਲਾ ਪਾਕ ਦੀ ਜ਼ਾਤ ਸਿੱਧ ਕਰੇ ਅਤੇ ਖੈਰ ਕਰੇ ਇਨਸ਼ਾਅੱਲਾ ਜਿਸ ਤਰ੍ਹਾਂ ਹੀ ਵਾਢੀਆਂ ਵਾਲਾ ਸੀਜ਼ਨ ਯਾਨੀ ਕਿ ਮਿਹਨਤ ਮਜ਼ਦੂਰੀ ਦਾ ਮੁੱਕਦਾ ਅਤੇ ਫਿਰ ਅੱਲਾ ਖੈਰ ਕਰੇ ਅਸੀਂ ਆਪਣਾ ਕੰਮ ਸ਼ੁਰੂ ਕਰਾਂਗੇ ਘਰ ਦਾ ਬਰਾਮਦੇ ਦਾ ਉਹ ਵੀ ਇਨਸ਼ਾਅੱਲਾ ਅੱਲਾ ਪਾਕ ਦੀ ਜ਼ਾਤ ਖੈਰ ਕਰੇ ਅਤੇ ਸਾਡੇ ਕਾਫੀ ਭੈਣ ਭਰਾਵਾਂ ਦੇ ਸਾਨੂੰ ਮੈਸੇਜ ਵੀ ਆਉਂਦੇ ਆ ਸਾਨੂੰ ਇੱਕ ਦੋ ਭੈਣ ਭਰਾਵਾਂ ਨੇ ਕਾਲ ਕਰਕੇ ਵੀ ਪੁੱਛਿਆ ਕਿ ਤੁਸੀਂ ਆਪਣਾ ਘਰ ਕਦੋਂ ਸ਼ੁਰੂ ਕਰ ਰਹੇ ਹਾਂ ਅਤੇ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਵੀ ਅੱਜ ਕੱਲ੍ਹ ਭੈਣ ਭਰਾਵਾਂ ਸਾਡੇ ਅੱਗੇ ਮਿਹਨਤ ਦੇਣ ਅਤੇ ਸਾਡੀ ਕੋਸ਼ਿਸ਼ ਆ ਕਿ ਚਲੋ ਕੁਛ ਸਾਲ ਦੇ ਦਾਣੇ ਬਣ ਜਾਂਦੇ ਕੁਛ ਰੁਪਈਏ ਵੱਧ ਬਣ ਜਾਂਦੇ ਉਹੀ ਸਾਡੀ ਕੋਈ ਸੀਮਿੰਟ ਬਜਰੀ ਨਹੀਂ ਕੋਈ ਮਿਸਤਰੀ ਦੀ ਮਜ਼ਦੂਰੀ ਕੋਈ ਮਜ਼ਦੂਰ ਦੀ ਮਜ਼ਦੂਰੀ ਕੋਈ ਮਾੜਾ ਚੰਗਾ ਆਪਣੇ ਘਰ ਦਾ ਖਰਚਾ ਪਾਣੀ ਬਣ ਜਾਂਦਾ ਅਤੇ ਹਸਨ ਅਲੀ ਰੋਣ ਡਿਆ ਹਸਨ ਅਲੀ ਨੂੰ ਮੈਂ ਪਾ ਕੇ ਆਈ ਸੁਭਾਨ ਦੇਖੋ ਸੁਭਾਨ ਕਹਿੰਦਾ ਸੀ ਮੇਰਾ ਮਿੱਠੂ ਮੇਰੇ ਕੋਲ ਪਾਓ ਮਾਮਾ ਜੀ ਅਤੇ ਬਾਕੀ ਤੁਹਾਡੀ ਜ਼ਿਆਦਾ ਤੋਂ ਜ਼ਿਆਦਾ ਦੁਆ ਚਾਹੀਦੀ ਆ ਭੈਣਾਂ ਭਰਾਵਾਂ ਦੀ ਸਪੋਰਟ ਚਾਹੀਦੀ ਆ ਅੱਲਾ ਪਾਕ ਦੀ ਜ਼ਿਆਦਾ ਤੁਹਾਨੂੰ ਵੀ ਖੁਸ਼ ਰੱਖੇ ਆਬਾਦ ਰੱਖੇ ਮੈਂ ਹੁਣੇ ਹੁਣੇ ਘਰ ਆਇਆ ਅਤੇ ਚੈੱਕ ਕਰੋ ਇਹਨਾਂ ਨੇ ਕੀ ਰੱਖਿਆ ਉੱਤੇ ਕੀ ਰੱਖਿਆ ਚਾਰ ਕਾਲੇ ਚਨੇ ਲੱਭੇ ਚਾਰ ਚਿੱਟੇ ਲੱਭੇ ਰਲਾ ਮਰਲਾ ਕੇ ਪਕਾਉਣ ਲੱਗੇ ਅਤੇ ਹਾਰ ਨਾਲ ਕੀ ਪਕਾਉਣ ਸੇਵੀਆਂ ਮੰਗਵਾਈਆਂ ਅਤੇ ਮੈਂ ਹੁਣੇ ਹੁਣੇ ਘਰ ਆਇਆ ਅਤੇ ਆ ਲਓ ਇਹ ਘਰੋਂ ਆਉਂਦਿਆਂ ਨੂੰ ਸੇਵੀਆਂ ਬਣਾਉਣ ਡਿਆ ਸੀਗੇ ਅਤੇ ਅੱਛਾ ਲੱਗੇ ਪਏ ਛੋਟਾ ਸੂਟ ਇੱਕ ਧੁੱਪ ਸੂਟ ਨੇ ਪਾਇਆ ਸੀ ਮੈਂ ਕੱਪੜੇ ਪਾਉਣ ਵਾਲੇ ਹਨੀ ਬਿਲਕੁਲ ਹੀ ਰਾਤੀ ਕੱਪੜੇ ਲੱਭਦੇ ਸੀ ਮੈਂ ਹੁਣ ਉਹ ਸੂਟ ਧੁੱਪ ਸੂਟ ਪਾ ਕੇ ਤੈਨੂੰ ਇੱਕ ਦਿਨ ਦਿੰਦੀ ਹਾਂ ਬਸ
ਇਹ ਸੁਬਹਾ ਦੇ ਗਏ, ਹੁਣ ਵਾਪਸ ਆਏ ਤੇ ਮੈਂ ਵੀ ਆਪਣਾ ਕਿਚਨ ਵਗੈਰਾ ਦੀ ਸਫਾਈ ਕਰਨ ਤੋਂ ਬਾਅਦ ਬਰਤਨ ਵਗੈਰਾ ਇੱਥੇ ਤਿਆਰ ਕੀਤੇ, ਹਾਂਡੀ ਉੱਤੇ ਰੱਖੀ ਆ ਤੇ ਹੁਣ ਗੁੰਨਣਾ ਆਟਾ ਤੇ ਚਨਿਆਂ ਦੇ ਵਿੱਚ ਹਰ ਸ਼ੈ ਪਾ ਕੇ ਰੱਖ ਦਿੱਤੀ ਆ ਤਾਂ ਕਿ ਜਿਵੇਂ ਇਹ ਉਬਲ ਜਾਣਗੇ ਤੇ ਨਾਲ ਨਮਕ ਮਿਰਚ ਮਸਾਲਾ ਵੀ ਤਿਆਰ ਹੋ ਜੂਗਾ ਤੇ ਫਿਰ ਵਿੱਚ ਘਿਓ ਪਾ ਕੇ ਭੁੰਨ ਲੂੰਗੀ ਤੇ ਉਹਨ ਤੋਂ ਬਾਅਦ ਹੁਣ ਮੈਂ ਆਪਣਾ ਨਾ ਸੋਚਦੀ ਹਾਂ ਕਾਹਦਾ ਸੇਮੀਆਂ ਔਰ ਆਟੇ ਦਾ ਗਰਮ ਰੱਖ ਦਿੱਤਾ, ਇਹ ਸੇਮੀਆਂ ਮੈਂ ਤੋੜ ਕੇ ਰੱਖੀਆਂ ਅਤੇ ਇੰਨਾ ਕੁ ਦੁੱਧ ਆ ਅਤੇ ਕੁਛ ਵਿੱਚ ਪਾਣੀ ਪਾਊਂਗੀ। ਅੱਛਾ ਜੀ, ਹਲਕੀ ਜਿਹੀ ਆਗ 'ਤੇ ਨਾ ਇਹਨੂੰ ਹਲਕੀ ਜਿਹੀ ਅੱਗ 'ਤੇ ਨਾ ਇਹਨੂੰ ਮੈਂ ਭੁੰਨ ਲਵਾਂ, ਭੁੰਨ ਕੇ ਅਤੇ ਫਿਰ ਮੈਂ ਇਹਦੇ ਵਿੱਚ ਪਾਊਂਗੀ ਦੁੱਧ ਵਗੈਰਾ, ਕਿਉਂਕਿ ਮੇਰੀ ਇੱਕ ਆਪੀ ਨੇ ਮਸ਼ਰੇ ਦੱਸੀ ਅਗਰ ਪਾਣੀ ਪਾ ਕੇ ਦੁੱਧ ਪਾਇਆ ਜਾਵੇ ਤਾਂ ਟੇਸਟ ਵੱਧ ਜਾਂਦਾ, ਗੱਲ ਤਾਂ ਵਾਕਿਆ ਠੀਕ ਆ ਅਤੇ ਲੇਕਿਨ ਇਹ ਆ ਕਿ ਦੁੱਧ ਦੇ ਦਰ ਦਿੱਕਤ ਬਹੁਤ ਹੁੰਦੀ ਆ, ਸਾਡਾ ਇੱਕ ਡੱਬਾ ਦੁੱਧ ਆਉਂਦਾ ਸਾਨੂੰ ਪਤਾ ਕਿ ਅਸੀਂ ਬਹੁਤ ਮੁਸ਼ਕਲ ਉਹਦੇ ਨਾਲ ਨਾ ਦਿਹਾੜੀ ਕੱਢੀ ਦੀ ਆ। ਅਤੇ ਅੱਛਾ ਜੀ, ਦੇਖ ਲਓ ਮੇਰੀਆਂ ਸੇਵੀਆਂ ਮਾਸ਼ਾਅੱਲਾ ਖੁਸ਼ਬੂ ਵੀ ਆਉਣੀ ਸ਼ੁਰੂ ਹੋ ਗਈ ਅਤੇ ਬਰਾਊਨ ਵੀ ਹੋ ਚੱਲ। ਅੱਛਾ ਜੀ, ਮਾਸ਼ਾਅੱਲਾ ਸੇਵੀਆਂ ਮੇਰੀਆਂ ਭੁੰਨ ਕੇ ਤਿਆਰ ਹੋ ਗਈ ਅਤੇ ਹੁਣ ਮੈਂ ਚੀਨੀ ਅਤੇ ਦੁੱਧ ਪਾ ਕੇ ਅਤੇ ਛੋਟੀ ਇਲਾਚੀ ਪਾਈ ਆ, ਦੁੱਧ 'ਚ ਪਾਈ ਸੀਗੀ ਅਤੇ ਇਹਨਾਂ ਨੂੰ ਹੁਣ ਦਮ ਦਿੰਦੇ ਹਾਂ। ਫਿਰ ਇਨਸ਼ਾਅੱਲਾ ਜਦੋਂ ਮੁਕੰਮਲ ਤਿਆਰ ਹੋ ਜਾਣੀ ਆ ਅਤੇ ਫਿਰ ਇਨਸ਼ਾਅੱਲਾ ਉਹ ਵੀ ਭੈਣ ਭਰਾਵਾਂ ਨਾਲ ਸ਼ੇਅਰ ਕਰਾਂਗੇ। ਅਤੇ ਇੱਧਰ ਮੇਰੇ ਚਨੇ ਵੀ ਤਕਰੀਬਨ ਤਿਆਰ ਹੋ ਚੱਲੇ ਆ ਭੁੰਨਣ ਵਾਸਤੇ, ਮਸਾਲਣ ਵੀ ਮਾਸ਼ਾਅੱਲਾ ਤਿਆਰ ਹੋ ਗਏ, ਦੇਖ ਲਓ ਜੀ ਮਸਾਲਾ ਵੀ ਪਾਇਆ, ਗਰਮ ਥਾਲੀ ਆ, ਹੱਥ ਨਹੀਂ ਚਲਾਕਦਾ ਪਿਆ। ਅਤੇ ਇਹ ਮੈਂ ਕੀ ਪਕਾਇਆ ਤੁਹਾਨੂੰ ਦਿਖਾ ਦਿਆਂ, ਕੁਚਾਰਕ ਵਾਈਟ ਕੁਚਾਰਕ ਬਲੈਕ ਚਨੇ, ਮਾਸ਼ਾਅੱਲਾ ਸ਼ੋਰਬੇ ਵਾਲਾ ਸਾਲਣ ਬਹੁਤ ਹੀ ਪਿਆਰਾ ਬਣਿਆ। ਅਤੇ ਨਾਲ ਕਿਹੜੀ ਸ਼ੈ ਬਣਾਈ ਆ ਉਹ ਵੀ ਦਿਖਾਉਂਦੀ ਹਾਂ। ਸਵਈਆਂ ਵੀ ਤਿਆਰ ਹੋ ਗਈਆਂ, ਇਹ ਦੇਖ ਲਓ ਜੀ ਫਾਈਨਲ ਲੁੱਕ ਮੇਰੇ ਸੇਵੀਆਂ ਦੀ, ਮਾਸ਼ਾਅੱਲਾ ਇਹ ਦੇਖ ਲਓ ਜੀ, ਮਾਸ਼ਾਅੱਲਾ ਮਾਸ਼ਾਅੱਲਾ ਇਹ ਵੀ ਤਿਆਰ ਹੋ ਗਈ, ਅੱਲਾ ਖੈਰ ਕਰੇ। ਅਤੇ ਤਵਾ ਉੱਤੇ ਰੱਖ ਲਿਆ ਅਤੇ ਹੁਣ ਰਹਿ ਗਈ ਰੋਟੀ ਬਣਾਉਣ ਵਾਲੀ। ਇਹਦੋਂ ਸਾਰੀਆਂ ਲਾਈਟਾਂ ਖਰਾਬ ਹੋ ਗਈਆਂ ਸੀਗੀਆਂ ਕਿਉਂਕਿ ਲਾਈਟਾਂ ਟੁੱਟ ਟੁੱਟ ਗਈਆਂ, ਤਾਰਾਂ ਟੁੱਟ ਗਈਆਂ ਸੀਗੀਆਂ, ਹੁਣ ਮੈਂ ਨਾ ਤਾਰਾਂ ਜੋੜਨ ਡਿਆ, ਉੱਧਰ ਵਾਲੀ ਲਾਈਟ ਬਾਲੀ ਆ ਅਤੇ ਇੱਧਰ ਵਾਲੀਆਂ ਨਹੀਂ ਸੀ ਤੇ ਬਲਦੀਆਂ ਕੋਈ ਵੀ ਹੈਗੀਆਂ। ਅਤੇ ਹੁਣ ਮੈਂ ਨਾ ਕੋਸ਼ਿਸ਼ ਕਰਦਾ, ਮੈਂ ਸ਼ਾਮ ਦਾ ਟਾਈਮ ਹੈ, ਚਲੋ ਇਹਨਾਂ ਲਾਈਟਾਂ ਫਾਈਨਲ ਕਰਾਂ ਇੱਕ ਪਾਸੇ ਕਿਉਂਕਿ ਉਸ ਪਾਸੇ ਬਿਲਕੁਲ ਲਾਈਟਾਂ ਬਲ ਨਹੀਂ ਰਹੀਆਂ, ਅੱਜ 2-3 ਦਿਨ ਹੋ ਗਏ ਸੀਗੇ ਅਤੇ ਹੁਣ ਉੱਧਰ ਲਾਈਟਾਂ ਬਾਲਣ ਲੱਗਾ। ਹੁਣ ਮਸੀ ਮਸੀ ਲਾਈਟਾਂ ਇਹ ਬਲੀਆਂ ਕਿਉਂਕਿ ਕਾਫੀ ਦਿਨਾਂ ਦੀ ਹਨੇਰੀ ਆਈ ਸੀ, ਹਨੇਰੀ ਦੀ ਵਜ੍ਹਾ ਤੋਂ ਤਾਰ ਜਿਹੜੀ ਨਾ ਉੱਥੋਂ ਟੁੱਟ ਗਈ ਸੀ ਉੱਥੋਂ ਵੀ ਅਤੇ ਉੱਥੋਂ ਰਸਤੇ 'ਚੋਂ ਵੀ। ਅਤੇ ਹੁਣ ਮੈਂ ਨਾ ਇਹ ਲਾਈਟਾਂ ਸੈੱਟ ਕੀਤੀਆਂ ਨਵੇਂ ਘਰ ਦੀਆਂ ਅਤੇ ਹੁਣ ਅੱਲਾ ਖੈਰ ਕਰੇ, ਦੇਖ ਲਓ ਜੀ ਚਮਚਮਾਨ ਦਾ ਘਰ ਲੱਗ ਰਿਹਾ ਕਿ ਨਹੀਂ। ਅਤੇ ਮਾਸ਼ਾਅੱਲਾ ਜੀ ਇਹਨੂੰ ਹੋਰ ਖੂਬਸੂਰਤ ਬਣਾਵਾਂਗੇ, ਬਰਾਂਡਾ ਬਣਾਵਾਂਗੇ ਇਨਸ਼ਾਅੱਲਾ, ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ। ਅਤੇ ਬਾਕੀ ਅੱਲਾ ਚੰਗੀਆਂ ਕਰੂਗਾ। ਅਤੇ ਹੁਣ ਚੱਲਦੇ ਹਾਂ ਘਰ ਨੂੰ ਕਿਉਂਕਿ ਘਰ ਦੀ ਉਹ ਲਾਈਟ ਬਲਣ ਰਹੀ, ਆਹ ਮੈਂ ਇੱਥੋਂ ਹੀ ਤਾਰ ਲਾਈ ਸੀਗੀ। ਅੱਛਾ ਜੀ, ਸਾਡੀ ਥਕਾਵਟ ਦੇ ਨਾਲ ਨਾਲ ਸਾਡੇ ਹਸਪਤਾਲੀ ਨੂੰ ਬਹੁਤ ਜ਼ਿਆਦਾ ਥਕਾਵਟ ਹੁੰਦੀ ਅਤੇ ਸ਼ਾਮ ਨੂੰ ਤਾਂ ਲੀਸ਼ਾ ਮਹਿਰਾਨ ਸੁਭਾਨ ਵੀ ਕਹਿੰਦੇ ਹੁੰਦੇ ਸਾਡੇ ਨਾਲ ਲੱਤਾਂ ਦਵਾਓ ਅਤੇ ਫਿਰ ਸੋਣਾ, ਅਸੀਂ ਹੱਸ ਬਹਿੰਦੇ, ਅਸੀਂ ਕਹਿੰਦੇ ਵੀ ਇਹ ਚੰਗੇ ਰਹਿ ਗਏ, ਇਹ ਨਾਲ ਵਿਹਲੇ ਟੁਰੇ ਹੀ ਥੱਕ ਜਾਂਦੇ ਆ, ਕਿਸੇ ਕਿਸੇ ਵੇਲੇ ਆਪਣੇ ਮਨ 'ਤੇ ਆਏ ਹੋਣ ਅਤੇ ਪਵਾ ਦਿੰਦੇ ਆ ਕੋਈ ਥੱਬੀ ਛੱਬੀ, ਨਹੀਂ ਤਾਂ ਮੇਰੀ ਜੁੱਤੀ ਨਹੀਂ ਲੱਭਣ ਡਈ ਥੱਲੇ, ਨਹੀਂ ਤਾਂ ਆਪਣਾ ਮਨ ਹੈ ਅਤੇ ਵਿਚਾਰੇ ਧੁੱਪ ਲੱਗਦੀ ਅਤੇ ਰੋਟੀ ਪਾਣੀ ਆਪਣਾ ਇਹਨਾਂ ਨੂੰ ਅਸੀਂ ਇਹਨਾਂ ਦੀ ਨਾਲ ਲੈ ਜਾਈ ਦੇ ਕਰਦਾ ਪਰਾਠਾ ਨਾਲ ਬੰਨ ਕੇ ਨਾ ਕਿ ਉੱਥੇ ਭੁੱਖ ਮਹਿਸੂਸ ਕਰਨ ਅਤੇ ਉਹਨਾਂ ਨੂੰ ਦੇ ਦੇਈਦੀ। ਅੱਛਾ ਜੀ, ਮੈਂ ਇੱਧਰ ਕੱਪੜੇ ਧੋ ਕੇ ਸੁੱਕਣੇ ਪਾਏ ਸੀਗੇ, ਇਹ ਵੀ ਮੈਂ ਕਹਿੰਦੀ ਚੁੱਕ ਕੇ ਮੈਂ ਅੰਦਰ ਕਰ ਲਵਾਂ। ਅੱਛਾ ਜੀ, ਸ਼ੁਕਰ ਅਲਹਮਦੁਲਿਲਾ ਲਾਈਟਾਂ ਸੈੱਟ ਹੋ ਗਈਆਂ, 2 ਦਿਨ ਹੋ ਗਏ ਸੀ ਮੇਰੇ ਕੋਲ ਲਾਈਟਾਂ ਸੈੱਟ ਨਹੀਂ ਸੀ ਹੋਣ ਦੀਆਂ ਅਤੇ ਲੀਸ਼ਾ ਦੇ ਪਾਪਾ ਗੁੱਸੇ ਹੁੰਦੇ ਸੀ, ਕਹਿੰਦੇ ਸੀ ਤੂੰ ਕੀ ਕਰਦੀ ਇੱਥੇ ਲਾਈਟਾਂ ਨਹੀਂ ਬਲੀਆਂ, ਕੱਲ੍ਹ ਵੀ ਕਾਫੀ ਲੇਟ ਆਏ ਸੀ ਅਤੇ ਅੱਜ ਵੀ ਜਦੋਂ ਆਏ ਨਾ ਫਿਰ ਆਉਂਦੇ ਇਹਨਾਂ ਨੇ ਵੀ ਮੁਰੰਮਤ ਸ਼ੁਰੂ ਕਰ ਦਿੱਤੀ ਆ।
ਮਾਸ਼ਾਅੱਲਾ ਸ਼ੁਕਰ ਅਲਹਮਦੁਲਿਲਾ ਅੱਲਾਹ ਪਾਕ ਦੀ ਜ਼ਾਤ ਖੈਰ ਕਰੇ। ਤੁਹਾਨੂੰ ਜਿਸ ਤਰ੍ਹਾਂ ਸ਼ੇਅਰ ਕੀਤਾ ਸੀ ਕਿ ਸਾਡਾ ਦਰਵਾਜ਼ਾ ਜਿਹੜਾ ਨਾ ਹਨੇਰੀ ਦੀ ਵਜ੍ਹਾ ਤੋਂ ਇੰਨੀ ਹਨੇਰੀ ਸੀ, ਇੰਨੀ ਹਨੇਰੀ ਸੀ ਭੈਣ ਭਰਾਵੋ ਕਿ ਹੱਦ ਸੀ, ਕਿ ਦਰਵਾਜ਼ਾ ਸਾਡਾ ਲੱਥ ਗਿਆ। ਇਹਨੂੰ ਵੀ ਦੁਬਾਰਾ ਮੁਰੰਮਤ ਕਰਵਾ ਕੇ ਲਵਾਉਣਾ ਪੈਣਾ। ਕੋਈ ਨਹੀਂ, ਦੇਰ ਹੋਵੇ ਦਰੁਸਤ ਹੋਵੇ, ਅੱਲਾਹ ਪਾਕ ਖੁਸ਼ ਰੱਖੇ। ਅਤੇ ਇਹਨਾਂ ਕੱਪੜਿਆਂ ਨੂੰ ਮਹਿਸੂਸ ਕਰਦੀ ਨਹੀਂ, ਇਹ ਅੱਧੇ ਨਾਲੋਂ ਜ਼ਿਆਦਾ ਖੁਸ਼ਕ ਹੋ ਗਏ। ਅਤੇ ਇਹਨਾਂ ਨੂੰ ਲਾ ਕੇ ਅੰਦਰ ਪਾ ਲੂੰਗੀ, ਜਾਂ ਤਾਂ ਉੱਧਰ ਪਾ ਕੇ ਆਊਂਗੀ, ਜਾਂ ਫਿਰ ਇੱਧਰ ਹੀ ਕਮਰੇ 'ਚ ਪਾ ਦੂੰਗੀ, ਕਿਉਂਕਿ ਅਸੀਂ ਚਾਰ ਮਾਈਆਂ ਤੋਂ ਬਾਹਰ ਰੱਖਣੀਆਂ। ਲੇਕਿਨ ਇਹ ਵੀ ਭੈਣ ਭਰਾਵੋ, ਬਾਹਰ ਇੱਥੇ ਕੱਪੜੇ ਜਿਹੜੇ ਆ ਨਾ, ਉਹ ਫਿਰ ਸਾਨੂੰ ਡਰ ਹੁੰਦਾ, ਬਾਅਦ ਕਦ ਸਾਡੇ ਹਮਸਾਇਆਂ ਦਾ ਡੋਗੀ ਆ, ਉਹ ਜਿਹੜਾ ਕਿਹੜਾ ਕੱਪੜਾ, ਜਿਹੜਾ ਕੋਈ ਜੁੱਤੀ, ਜਿਹੜੀ ਕੋਈ ਸ਼ੈ ਬਾਹਰ ਰਹਿ ਜਾਵੇ ਸਾਡੀ, ਉਹ ਲੈ ਜਾਂਦਾ। ਅਤੇ ਸਾਨੂੰ ਸੌਣ ਦੇ ਵਕਤ ਸਾਨੂੰ ਹਰ ਚੀਜ਼ ਆਪਣੇ ਸੰਭਾਲ ਕੇ ਫਿਰ ਸੋਣਾ ਪੈਂਦਾ। ਅਤੇ ਇੱਧਰ ਦੇਖ ਲਓ ਜੀ, ਰਿਸ਼ਾ ਦੇ ਪਾਪਾ ਹਸਨ ਅਲੀ ਨੂੰ ਸਮਾਨ ਲੱਗੇ। ਹਾਂਜੀ, ਸੌਂਦਾ ਕਿ ਕੋਈ ਨਹੀਂ, ਅਸਲ 'ਚ ਨਾ ਗਰਮੀ ਦੇ ਵਿੱਚ ਫਿਰ ਤਰ੍ਹਾਂ ਦਾ ਦੁੱਧ ਪੀਂਦਾ, ਅਤੇ ਇਹਨੂੰ ਮੋਸ਼ਨ ਦਾ ਵੀ ਮਸਲਾ ਥੋੜ੍ਹਾ ਜਿਹਾ, ਅਤੇ ਫਿਰ ਉਲਟੀ ਵਗੈਰਾ ਦਾ ਵੀ ਹੋ ਜਾਂਦਾ। ਅਤੇ ਕੋਈ ਨਹੀਂ, ਅੱਲਾਹ ਪਾਕ ਦੀ ਜ਼ਾਤ ਸਿੱਧ ਕਰੂਗੀ, ਖੈਰ ਕਰੂਗੀ। ਠੀਕ ਹੈ ਜੀ, ਅੱਜ ਦੀ ਵੀਡੀਓ ਮੈਂ ਹੁਣ ਹੁਣੇ ਆਇਆ, ਤੇ ਆ ਕੇ ਮੈਂ ਨਹਾ ਧੋ ਕੇ ਫਰੈਸ਼ ਹੋਇਆ, ਰੋਟੀ ਖਾਧੀ, ਕਹਿੰਦਾ ਪਹਿਲਾਂ ਭਰਾਵਾਂ ਦਿਖਾ ਦਈਏ ਵੀ ਅਸੀਂ ਸ਼ਾਮ ਨੂੰ ਆ ਕੇ ਫਰੈਸ਼ ਵੀ ਹੋਈਦਾ। ਹਾਂ, ਨਹੀਂ ਤੇ ਫਰੈਸ਼ ਹੋਣ ਲੱਗਾ, ਕਿਉਂਕਿ ਅਸੀਂ ਥੋੜੇ ਨਾ ਧੜਾਂ ਤੇ ਕੰਮ ਕਰਦੇ, ਯਾਨੀ ਕਿ ਧੜਾਂ ਲੋਕਾਂ ਦੀ ਬਣਾਈ ਦੀਆਂ, ਤੇ ਫਿਰ ਨਾ ਉਹ ਨਾ ਇਸ ਟਾਈਮ ਸਾਰੀ ਮਿੱਟੀ ਲਿਪੇ ਹੁੰਨੇ ਅਸੀਂ, ਤੇ ਅਸੀਂ ਵੀ ਸ਼ਾਮ ਨੂੰ ਆਪਣੇ ਕੱਪੜੇ ਚੇਂਜ ਕਰਕੇ ਸੋਈਦਾ ਹੁੰਦਾ ਨਹਾ ਕੇ, ਕਿਉਂਕਿ ਉਹ ਬਰੀਕ ਬਰੀਕ ਭੈਣ ਭਰਾਵੋ ਜਿਹੜੀ ਨਾ ਕਣਕ ਦੇ ਬਰੀਕ ਬਰੀਕ ਖਸਾਰ ਜੇ ਹੁੰਦੇ ਆ, ਉਹ ਚੰਬੜੇ ਰਹਿੰਦੇ ਨਾਲ, ਚੰਬੜੇ ਰਹਿੰਦੇ ਕੱਪੜੇ, ਤੇ ਬਾਕੀ ਬਣਾ ਕੇ ਧੋ ਕੇ ਸੂਟ ਨਾ ਰੱਖੋ ਤੱਕ ਉਹ ਸਾਫ਼ ਨਹੀਂ ਹੁੰਦਾ। ਤੇ ਹੁਣੇ ਹੁਣੇ ਆਏ ਸੀਗੇ, ਆ ਕੇ ਰੋਟੀ ਖਾਧੀ ਆ, ਤੇ ਬਾਕੀ ਸ਼ੁਕਰ ਅੱਲਾਹ ਪਾਕ ਦਾ, ਅੱਲਾਹ ਪਾਕ ਸਾਰੀ ਦੇਖਣ ਵਾਲੀ ਯੂਟਿਊਬ ਫੈਮਿਲੀ ਨੂੰ ਖੁਸ਼ ਰੱਖੇ, ਆਬਾਦ ਰੱਖੇ, ਤੇ ਅੱਲਾਹ ਪਾਕ ਨੇ ਰੋਜ਼ੀ ਲਾਈ ਆ, ਤੇ ਦਿਹਾੜੀਆਂ ਮਿਹਨਤ ਮਜ਼ਦੂਰੀ ਦੇ ਵਿੱਚ ਕੋਈ ਮਿਹਣਾ ਨਹੀਂ ਹੈਗਾ, ਲਾਈ ਦੀਆਂ। ਤੇ ਬਾਕੀ ਹੁਣ ਸ਼ਾਮ ਹੋ ਗਈ, ਹੁਣ ਸ਼ਾਮ ਦਾ ਟਾਈਮ ਹੋ ਗਿਆ, ਰੋਟੀ ਪਾਣੀ ਖਾ ਕੇ ਹੁਣ ਹੈਗਾ ਸੌਣਾ। ਤੇ ਤੁਸੀਂ ਵੀਡੀਓ ਵੇਖ ਕੇ ਸੌਣਾ, ਉੱਦਾਂ ਨਹੀਂ ਸੌਣਾ, ਪਿਆਰਾ ਜਿਹਾ ਕਮੈਂਟ ਵੀ ਕਰਨਾ, ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਜ਼ਮੀ। ਤੇ ਸਾਡੀ ਸਪੋਰਟ ਦੀ ਬਹੁਤ ਜ਼ਰੂਰਤ ਆ, ਕਿ ਕਾਫੀ ਭੈਣ ਭਰਾ ਸਾਨੂੰ ਕਹਿੰਦੇ ਆ ਕਿ ਛੇਤੀ ਤੋਂ ਛੇਤੀ ਕਰੋ ਆਪਣੇ ਨਿਊ ਘਰ ਨੂੰ। ਇਨਸ਼ਾਅੱਲਾ ਇਨਸ਼ਾਅੱਲਾ, ਜਦੋਂ ਅਸੀਂ ਆਪਣਾ ਘਰ ਸ਼ੁਰੂ ਕੀਤਾ ਨਾ, ਅਸੀਂ ਆਪਣੇ ਭੈਣ ਭਰਾਵਾਂ ਨਾਲ ਵਲੋਗ ਤੇ ਵਲੋਗ ਬਣਾਵਾਂਗੇ ਇਨਸ਼ਾਅੱਲਾ, ਬਹੁਤ ਹੀ ਪਿਆਰਾ ਨਕਸ਼ੇ ਨਾਲ। ਕੁਛ ਸਾਡੇ ਐਪੀਆਂ ਨੇ ਸਾਨੂੰ ਨਕਸ਼ੇ ਸੈਂਡ ਕੀਤੇ, ਸਾਨੂੰ ਇੱਕ ਬੜੇ ਦੂਰੋਂ ਨਕਸ਼ੇ ਆਏ ਆ ਚਾਰ ਪੰਜ, ਤੇ ਅਸੀਂ ਉਹ ਵੀ ਨਕਸ਼ੇ ਨੂੰ ਮੱਦੇਨਜ਼ਰ ਰੱਖਣਾ। ਤੇ ਇਨਸ਼ਾਅੱਲਾ ਇਨਸ਼ਾਅੱਲਾ ਫਿਰ ਜੋ ਵੀ ਹੋਊਗਾ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਕਰਾਂਗੇ। ਠੀਕ ਆ ਜੀ, ਅੱਜ ਦੀ ਵੀਡੀਓ ਇੰਨੀ ਸੀ, ਇਨਸ਼ਾਅੱਲਾ ਨੈਕਸਟ ਵੀਡੀਓ ਨਾਲ ਫਿਰ ਮੁਲਾਕਾਤ ਹੋਗੀ, ਉਦੋਂ ਤੱਕ ਲਈ ਆਪਣਾ ਤੇ ਆਪਣੇ ਪਿਆਰਿਆਂ ਦਾ ਬਹੁਤ ਸਾਰਾ ਖਿਆਲ ਰੱਖਣਾ। ਓਕੇ ਜੀ, ਅੱਲਾ ਹਾਫਿਜ਼, ਟਾਟਾ, ਬਾਏ ਬਾਏ।